ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕੈਸੇ ਹਸਪੀਟਲ ਦੇ ਵਿੱਚ, ਜਿਹੜਾ ਕਿ ਇੱਕ ਰਿਕਾਰਡ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਗੋਡੇ ਦੇ ਚੁੱਲ੍ਹੇ ਬਦਲ ਕੇ ਇੱਕ ਐਸਾ ਰਿਕਾਰਡ ਕਾਇਮ ਕੀਤਾ ਹੈ। ਔਰ ਸਾਡੀ ਮੁਰਾਦ ਹੈ ਡਾਕਟਰ ਹਰਪ੍ਰੀਤ ਸਿੰਘ ਜੀ ਆਰਥੋ ਨੋਵਾਲਿਆਂ ਦੇ ਨਾਲ, ਆਰਥੋ ਨੋਵਾ ਹੋਸਪਿਟਲ ਜਲੰਧਰ, ਜਿਹੜਾ ਕਿ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਹੈ। ਔਰ ਇਹਦੇ ਨਾਲ ਨਾਲ ਹੁਣ ਇੱਥੇ ਜਿਹੜੀ ਹੈਗੀ ASCH ਸਕੀਮ ਜਿਹੜੀ ਹੈਗੀ ਆ ਉਹ ਵੀ ਚਾਲੂ ਹੋ ਚੁੱਕੀ ਹੈ। ਆਓ ਚੱਲਦੇ ਹਾਂ। ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੇ ਬ੍ਰਾਂਡ ਦੇ ਨਾਲ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਗੋਡੇ ਅਤੇ ਚੁੱਲ੍ਹੇ ਬਦਲ ਕੇ ਇੱਕ ਐਸੇ ਸੁੱਖ ਦੀ ਪ੍ਰਾਪਤੀ ਕਰਵਾਈ ਹੈ। ਸਾਡੀ ਮੁਰਾਦ ਹੈ ਡਾਕਟਰ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ, ਔਰ ਅੱਜ 40,000 ਦੇ ਕਰੀਬ ਜਿਹੜੇ ਹੈਗੇ ਗੋਡੇ ਚੁੱਲ੍ਹੇ ਬਦਲ ਕੇ ਇੱਕ ਨਵਾਂ ਰਿਕਾਰਡ ਜਿਹੜਾ ਹੈਗਾ ਇਹਨਾਂ ਨੇ ਕਾਇਮ ਕਰ ਚੁੱਕੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਅੱਜ ਉਹ ਚੀਜ਼ ਜਿਹਦੇ ਲਈ ਲੋਕ ਸਦੀਆਂ ਲਗਾ ਦਿੰਦੇ ਨੇ, 10-10 ਸਾਲ ਬੈਠੇ ਰਹਿੰਦੇ ਨੇ, ਮੇਰਾ ਗੋਡੇ ਦੁਖਦੇ ਆ, ਮੈਂ ਤੋਂ ਚੱਲਿਆ ਨਹੀਂ ਜਾਂਦਾ, ਉਹ ਕੰਮ ਜਿਹੜਾ ਸਿਰਫ 10-12 ਮਿੰਟ ਦੇ ਵਿੱਚ ਹੀ ਕਰਕੇ ਤੁਸੀਂ ਕਿਵੇਂ ਕਾਰਗਰ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਨਵੀਂ ਲਾਈਫ ਦਿੰਦੇ ਹੋ? ਇਹਦੇ ਦੇਖੋ ਜੀ, ਟਾਈਮ ਨਾਲ ਹੁੰਦੀ ਪ੍ਰੈਕਟਿਸ ਹੁੰਦੀ ਹੈ। ਮੈਨੂੰ ਤਕਰੀਬਨ 20 ਸਾਲ ਹੋ ਗਏ ਨੇ ਹੁਣ ਓਪਰੇਸ਼ਨ ਕਰਦੇ, ਇਹਦੇ 'ਚ ਮੇਰੇ ਤਕਰੀਬਨ 40,000 ਓਪਰੇਸ਼ਨ ਹੋ ਚੁੱਕੇ ਨੇ। ਸੋ ਇਹ ਟਾਈਮ ਪਾ ਕੇ ਹੌਲੇ ਹੌਲੇ ਤੁਹਾਡੀ ਸਪੀਡ ਫਾਸਟ ਹੋ ਜਾਂਦੀ ਹੈ ਅਤੇ ਪਰਫੈਕਸ਼ਨ ਆ ਜਾਂਦੀ ਹੈ, ਐਰਰ ਦੇ ਚਾਂਸਿਸ ਘਟੀ ਜਾਂਦੇ ਨੇ। ਸੋ ਹੁਣ ਤੁਸੀਂ ਦੇਖੋ ਕਿ ਜਿਹੜਾ ਮੈਂ ਓਪਰੇਸ਼ਨ ਕਰਦਾ ਇਹ 10-12 ਮਿੰਟ 'ਚ ਮੈਂ ਓਪਰੇਸ਼ਨ ਕਰਦਾ। ਕਈ ਵਾਰੀ ਮੈਨੂੰ ਜਿਹੜਾ ਸੀਰੀਅਸ ਪੇਸ਼ੈਂਟ ਹੁੰਦਾ ਉਹ 'ਚ ਮੈਨੂੰ 6-8 ਮਿੰਟ ਹੀ ਲੱਗਦੇ ਨੇ, ਦੂਜੇ ਦਿਨ ਮੈਂ ਖੜ੍ਹੇ ਕਰ ਦਿੰਦਾ, ਤੀਜੇ ਚੌਥੇ ਦਿਨ ਛੁੱਟੀ ਹੁੰਦੀ ਹੈ ਅਤੇ ਪੇਸ਼ੈਂਟ ਆਪਣੇ ਘਰ ਜਾ ਕੇ ਚੌਂਕੜੀ ਮਾਰ ਸਕਦਾ, ਆਰਾਮ ਨਾਲ ਤੁਰ ਫਿਰ ਸਕਦਾ, ਕੋਈ ਹਲਕੀ ਫੁਲਕੀ ਗੇਮ ਖੇਡ ਸਕਦਾ, ਗੱਡੀ ਚਲਾ ਸਕਦਾ, ਪੌੜੀਆਂ ਚੜ੍ਹ ਸਕਦਾ, ਨੋਰਮਲ ਲਾਈਫ ਲੀਡ ਕਰ ਸਕਦਾ। ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਆਪਰੇਸ਼ਨ ਖੁਦ ਹੀ ਕਰਦੇ ਹੋ, ਔਰ 40,000 ਦੇ ਕਰੀਬ ਜਿਹੜੇ ਬਦਲੇ ਆ ਉਹ ਖੁਦ ਆਪਦੇ ਹੱਥਾਂ ਦੇ ਨਾਲ ਹੀ ਬਦਲੇ ਆ। ਕਦੇ ਇਸ ਚੀਜ਼ 'ਤੇ ਤੁਸੀਂ ਇਹ ਨਹੀਂ ਹੈ ਕਿ ਤੁਹਾਡੇ ਡਾਕਟਰਾਂ ਦੀ ਟੀਮ ਆਊਗੀ ਜੀ, ਡਾਕਟਰ ਇਹ ਖੁਦ ਤੁਸੀਂ ਆਪਣੇ ਉੱਪਰ ਹੀ ਕਰਦੇ ਹੋ, ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਇਹ ਮੇਰਾ ਇੱਕ ਮੰਨਣਾ ਹੈਗਾ ਕਿ ਜੇ ਓਪਰੇਸ਼ਨ ਕਰਨਾ ਤਾਂ ਫਿਰ ਮੈਂ ਹੀ ਕਰਨਾ ਜਾਂ ਫਿਰ ਨਹੀਂ ਕਰਨਾ। ਮੇਰਾ ਕਦੀ ਵੀ ਇੱਦਾਂ ਨਹੀਂ ਹੁੰਦਾ ਕਿ ਮੈਂ ਕਿਸੇ ਨੂੰ ਬੁਲਾ ਕੇ, ਜਿੱਦਾਂ ਕਿ ਬਹੁਤ ਹਸਪਤਾਲਾਂ 'ਚ ਇੱਦਾਂ ਹੀ ਹੁੰਦਾ, ਵੱਡੇ ਵੱਡੇ ਹਸਪਤਾਲਾਂ 'ਚ ਇੱਦਾਂ ਹੁੰਦਾ ਕਿ ਜਿਹੜਾ ਸਰਜਨ ਹੁੰਦਾ ਉਹ ਆਪ ਓਪਰੇਸ਼ਨ ਨਹੀਂ ਕਰਦਾ, ਉਹ ਬਾਹਰੋਂ ਬੁਲਾ ਕੇ ਡਾਕਟਰ ਨੂੰ ਓਪਰੇਸ਼ਨ ਕਰਾਉਂਦਾ। ਸਾਡੇ ਹਸਪਤਾਲ ਦੀ ਇੱਕ ਪਾਲਿਸੀ ਹੈਗੀ ਕਿ ਜੋ ਕੁਛ ਹੋਏਗਾ ਉਹ ਮੈਂ ਆਪਣੇ ਹੱਥੀਂ ਕਰਨਾ ਹੈ। ਇਹਦੇ 'ਚ ਮਰੀਜ਼ ਦਾ ਵੀ ਜ਼ਿਆਦਾ ਫਾਇਦਾ ਕਿ ਜਿਹੜਾ ਮੇਰੇ 9 ਸਾਲ ਦਾ ਐਕਸਪੀਰੀਅੰਸ ਹੈ, 20 ਸਾਲ ਦਾ, ਅਤੇ ਜਿਹੜੀ ਮੇਰੀ ਟ੍ਰੇਨਿੰਗ ਹੈਗੀ ਹੈ, ਕਿਹੜੇ ਕਿਹੜੇ ਦੇਸ਼ਾਂ ਤੋਂ ਮੇਰੀ ਟ੍ਰੇਨਿੰਗ ਹੈਗੀ, ਉਹ ਸਾਰਾ ਐਕਸਪੀਰੀਅੰਸ ਮੈਂ ਆਪਣਾ ਪੇਸ਼ੈਂਟ ਨੂੰ ਹੀ ਟ੍ਰਾਂਸਫਰ ਕਰ ਦਿੰਦਾ। ਸੋ ਇਹ ਮੈਂ ਬੜਾ ਵਧੀਆ ਤਾਂ ਮੰਨਦਾ ਕਿ ਸਾਰਾ ਕੰਮ ਜੋ ਵੀ ਕਰਨਾ ਹੈ ਉਹ ਆਪਣੇ ਹੱਥੀਂ ਕਰਨਾ ਹੈ। ਡਾਕਟਰ ਸਾਹਿਬ, ਚਾਹੇ ਉਹ ਬੇਹੋਸ਼ ਕਰਨ ਵਾਲੇ ਡਾਕਟਰ ਦੀ ਗੱਲ ਹੋਵੇ, ਚਾਹੇ ਟੈਸਟ ਕਰਨ ਦੀ ਗੱਲ ਹੋਵੇ, ਹਰ ਚੀਜ਼ ਆ ਜਿਹੜੀ ਤੁਸੀਂ ਉੱਥੇ ਪਰਫੈਕਟਨੈਸ ਨਾਲ ਔਰ ਹਮੇਸ਼ਾ ਜਿਹੜਾ ਹੈਗਾ ਕਿਸੇ ਵੀ ਚੀਜ਼ 'ਚ ਸਮਝੌਤਾ ਨਹੀਂ ਕਰਦੇ, ਔਰ ਅੱਜ ਜਿਹੜੇ 39,000 ਦੇ 39,000 ਹੀ ਪੇਸ਼ੈਂਟ ਹੈਗੇ ਆ ਉਹ ਇੱਕ ਨਵੀਂ ਜ਼ਿੰਦਗੀ ਲੈ ਕੇ ਇੱਕ ਨਵੀਂ ਆਵਾਮ ਮਿਲ ਜਾਣ, ਉਹਦੇ ਬਾਰੇ ਕੀ ਗੱਲ? ਜਿਹੜੇ ਬੇਹੋਸ਼ੀ ਵਾਲੇ ਡਾਕਟਰ ਨੇ, ਹਾਂਜੀ, ਇਹ ਸਾਰਾ ਕੁਝ ਮੋਨੀਟਰ ਮੈਂ ਆਪ ਕਰਦਾ, ਅਤੇ ਲੈਬੋਰਟਰੀ ਅਤੇ ਜਿਹੜਾ ਸਟਰਲਾਈਜੇਸ਼ਨ ਹੈ ਇਹ ਵੀ ਸਾਰੀ ਚੀਜ਼ਾਂ ਮੈਂ ਆਪ ਹੀ ਮੋਨੀਟਰ ਕਰਦਾ। ਅਤੇ ਜਿਹੜੇ ਇਹਨੇ ਓਪਰੇਸ਼ਨ ਨੇ ਅਤੇ ਸਾਡਾ ਕੰਪਲੀਕੇਸ਼ਨ ਰੇਟ ਵੀ 0.2% ਜਾਂ 0.2% ਤੋਂ ਵੀ ਘੱਟ ਹੈਗਾ, ਇਹ ਪੂਰੇ ਇੰਟਰਨੈਸ਼ਨਲ ਸਟੈਂਡਰਡ ਨੂੰ ਮੈਚ ਕਰਦਾ ਹੈ। ਡਾਕਟਰ ਸਾਨੂੰ ਦੱਸੋ ਕਿ ਕਈ ਵਾਰ ਬੰਦਾ ਇੱਕ ਗੋਡਾ ਜਿਹੜਾ ਹੈਗਾ ਉਹ ਖਰਾਬ ਹੁੰਦਾ, ਔਰ ਉਹ ਗੋਡਾ ਖਰਾਬ ਕਰਦਾ ਕਰਦਾ ਜਿਹੜਾ ਹੈਗਾ ਉਹਦੇ 'ਤੇ ਦੂਸਰੇ ਗੋਡੇ 'ਤੇ ਭਾਰ ਦੇ ਦੇ ਕੇ ਦੂਜੇ ਨੂੰ ਵੀ ਖਰਾਬ ਕਰ ਲੈਂਦਾ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਇਹ ਹੈ ਕਿ ਜੇ ਤਾਂ ਗੋਡਾ ਤੁਹਾਡਾ ਖਰਾਬ ਹੈਗਾ, ਐਕਸਰਿਆਂ 'ਚ ਖਰਾਬ ਹੋ ਗਿਆ, ਫਿਰ ਇਹਨੂੰ ਚੇਂਜ ਕਰਾਉਣਾ ਹੀ ਪੈਂਦਾ। ਸਾਡੀ ਹਮੇਸ਼ਾ ਸਾਡੀ ਇਹੀ ਕੋਸ਼ਿਸ਼ ਹੁੰਦੀ, ਜਿੰਨੇ ਮੇਰੇ ਲੈਕਚਰ ਹੁੰਦੇ, ਮੈਂ ਸਭ ਨੂੰ ਇਹੀ ਕਹਿੰਦਾ ਕਿ ਜਦ ਤੱਕ ਆਪਣਾ ਨੋਰਮਲ ਚੱਲਦਾ ਹੈ, ਜੋ ਰੱਬ ਨੇ ਚੀਜ਼ ਬਣਾਈ ਹੈ ਉਹ ਫਿਰ ਕੋਈ ਦੂਜੀ ਚੀਜ਼ ਨਹੀਂ ਬਣ ਸਕਦੀ। ਤਾਂ ਜਦ ਤੱਕ ਤਾਂ ਤੁਹਾਡਾ ਗੋਡਾ ਚੱਲਦਾ ਹੈ ਆਪ ਦਾ ਓਰਿਜਨਲ, ਉਹ ਚਲਾਈ ਜਾਣਾ ਹੈ ਗੋਡਾ ਜਾਂ ਚੂਲਾ। ਜੇ ਉਹ ਤੁਹਾਡੇ ਜੇਕਰ ਤੁਹਾਨੂੰ ਦਰਦ ਬਹੁਤ ਜ਼ਿਆਦਾ ਹੈ, ਤੁਸੀਂ ਨਹੀਂ ਤੁਰ ਫਿਰ ਸਕਦੇ ਜਾਂ ਤੁਹਾਨੂੰ ਦਵਾਈਆਂ ਦੀ ਲੈਣ ਦੀ ਲੋੜ ਬਹੁਤ ਪੈ ਰਹੀ ਹੈ, ਫਿਰ ਤੁਹਾਨੂੰ ਉਹਦਾ ਓਪਰੇਸ਼ਨ ਕਰਾ ਲੈਣਾ ਚਾਹੀਦਾ, ਨਹੀਂ ਤਾਂ ਦੂਜਾ ਗੋਡਾ ਵੀ ਖਰਾਬ ਹੋ ਜਾਂਦਾ। ਦਸਾਂ ਲੱਖਾਂ ਦੀ ਗਿਣਤੀ 'ਚ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ, ਔਰ ਇਹ ਮੰਨਿਆ ਜਾਂਦਾ ਕਿ ਡਾਕਟਰ ਹਰਪ੍ਰੀਤ ਗੋਡੇ ਬਚਾਉਣ ਵਾਲਾ ਡਾਕਟਰ ਹੈ, ਗੋਡੇ ਬਦਲਣ ਵਾਲਾ ਨਹੀਂ, ਉਹਦੇ ਬਾਰੇ ਸਾਨੂੰ ਦੱਸੋ ਵੀ ਤੁਸੀਂ ਬਹੁਤ ਸਾਰੇ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਮੋਰਲੀ ਇੰਨਾ ਜ਼ਿਆਦਾ ਚੱਕ ਦਿੰਦੇ ਹੋ, ਔਰ ਉਹਨਾਂ ਨੂੰ ਬਹੁਤ ਲੰਬਾ ਲੰਬਾ ਸਮਾਂ, ਜਦੋਂ ਕਿ ਅਸੀਂ ਪੇਸ਼ੈਂਟਸ ਨਾਲ ਗੱਲ ਕਰਦੇ ਹਾਂ 10-10 ਸਾਲ ਜਿਹੜੇ ਹੈਗਾ ਤੁਸੀਂ ਉਹਦੇ ਕਢਾ ਦਿੰਦੇ ਹੈਗੇ ਜੇ ਗੋਡਾ ਬਦਲਣ ਵਾਲੀ ਉਹਨਾਂ ਨੂੰ ਲੋਕ ਡਾਕਟਰਸ ਦੇ ਕਈ ਵਾਰੀ ਕਹਿੰਦੇ ਵੀ ਡਾਕਟਰ ਤੂੰ ਗੋਡਾ ਬਦਲਦਾ, ਪਰ ਹਰਪ੍ਰੀਤ ਦੇ ਕੋਲ ਜਦੋਂ ਅਗਰ ਆ ਜਾਂਦਾ ਤਾਂ ਉਹ 10-10 ਸਾਲ ਵੀ ਨਿਕਲ ਜਾਂਦੇ ਆ। ਮੇਰਾ ਕਨਵਰਜਨ ਰੇਟ ਜੇ ਮੇਰੇ ਕੋਲ 100 ਪੇਸ਼ੈਂਟ ਆਉਂਦੇ ਗੋਡਾ ਚੇਂਜ ਕਰਾਉਣ ਨੂੰ, ਅਤੇ ਉਹਨਾਂ 'ਚ ਮੈਂ ਸਿਰਫ 5 ਪੇਸ਼ੈਂਟ ਦਾ ਗੋਡਾ ਚੇਂਜ ਕਰੂੰਗਾ, 95 ਦਾ ਮੈਂ ਉੱਦਾਂ ਹੀ ਤੋੜ ਦੇਣਾ, ਸਾੜ ਦੇਣਾ ਕੰਮ। ਸੋ ਇਹ ਮੇਰਾ ਆਪ ਦਾ ਵੀ ਮੰਨਣਾ ਹੈ ਕਿ ਵੀ ਜਿਹੜਾ ਓਪਰੇਸ਼ਨ ਹੈ ਇਹ ਲਾਸਟ
ਰਿਜ਼ੋਰਟ ਹੈ। ਇਹ ਪਹਿਲਾਂ ਨਹੀਂ ਮੈਂ ਓਪਰੇਸ਼ਨ ਕਰਨਾ, ਨਾ ਮੈਂ ਕਹਿਣਾ ਅਤੇ ਨਾ ਮੈਂ ਕਰਨਾ ਪਹਿਲਾਂ। ਇਹ ਲਾਸਟ 'ਚ ਜਾ ਕੇ ਜੇ ਬਿਲਕੁਲ ਹੀ ਹੱਥ ਖੜੇ ਹੋ ਗਏ ਵੀ ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ, ਫਿਰ ਅਸੀਂ ਓਪਰੇਸ਼ਨ ਕਰਦੇ ਹਾਂ। ਦੱਸਾਂ ਜਿੱਦਾਂ ਹਰ ਰੋਜ਼ ਆਰਥੋਨੋਵਾ ਜਿਹੜਾ ਹੈਗਾ ਹੋਸਪਿਟਲ ਇੱਕ ਨਵੀਆਂ ਲੀਆਂ ਨੂੰ ਜਿਹੜਾ ਛੂ ਰਿਹਾ ਹੈਗਾ, ਅਤੇ ਹੁਣ ਦੱਸੋ ਕਿ ਹੁਣ ਜਿਹੜੀਆਂ ਕਿਹੜੀਆਂ ਕਿਹੜੀਆਂ ਨਵੀਆਂ ਸਕੀਮਾਂ ਜਿਹੜੀਆਂ ਹੈਗੀਆਂ ਆਪਣੇ ਇੱਥੇ ਇੰਪਲੀਮੈਂਟ ਹੋ ਗਈਆਂ? ਜਿਹੜੀ ਸਰਕਾਰ ਦੀ ਸਕੀਮਾਂ, ਜਿਹੜੀ ਸਰਕਾਰ ਦੀ ਸਕੀਮਾਂ ਹੈਗੀਆਂ, ਇੱਕ ਤਾਂ ਜਿਹੜੀ ਪੰਜਾਬ ਗਵਰਨਮੈਂਟ ਦੀ ਹੁਣ ਭਾਈ ਕਨੀਆਂ ਦੀ ਸਕੀਮ ਹੈਗੀ ਹੈ, ਇਹ ਵੀ ਸਾਡੇ 'ਤੇ ਕਾਰਗਰ ਹੈਗੀ ਹੈ। ਇੱਕ ਜਿਹੜਾ ਆਰਮੀ ਦਾ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਹੈ, ECHS ਜਿਹਨੂੰ ਕਹਿੰਦੇ ਆ, ਉਹ ਵੀ ਸਾਡੇ ਹਸਪਤਾਲ 'ਚ ਲਾਗੂ ਹੈਗਾ। ਹੋਰ ਜਿਹੜੇ ਹਰਿਆਣਾ ਗਵਰਨਮੈਂਟ ਦੀ ਇੰਪੈਲਮੈਂਟ ਹੈਗੀ ਹੈ ਅਤੇ ਹਿਮਾਚਲ ਗਵਰਨਮੈਂਟ ਦੀ ਇੰਪੈਲਮੈਂਟ, ਉਹ ਵੀ ਸਾਡੀ ਚੱਲਦੀ ਪਈ ਹੈ, ਅਤੇ ਬਹੁਤ ਸਾਰੀ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਨਾਲ ਵੀ ਸਾਡਾ ਟਾਈ ਅਪ ਹੈਗਾ। ਸੋ ਇਹਦੇ 'ਚ ਬਸ ਮੈਂ ਇਹ ਮੇਨ ਦੱਸਣਾ ਚਾਹੁੰਦਾ ਕਿ ਜਿਹੜੇ ਆਰਮੀ ਵਾਲੇ ਐਕਸ ਸਰਵਿਸਮੈਨ ਨੇ, ECHS ਦੇ ਪੇਸ਼ੈਂਟ ਨੇ, ਉਹ ਹੁਣ ਕਾਫੀ ਹੱਦ ਤੱਕ ਸਾਡੇ ਤੋਂ ਸਾਡੇ ਕੋਲੋਂ ਗੋਡਿਆਂ ਅਤੇ ਚੂਲਿਆਂ ਦੇ ਓਪਰੇਸ਼ਨ ਕਰਾ ਰਹੇ ਨੇ। ਅਤੇ ਇਹਨਾਂ 'ਚ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਸੁਣਿਆ ਹੋਣਾ ਕਿ ਫਲਾਣੇ ਹੋਸਪਿਟਲ 'ਤੇ ਗਿਆ ਅਤੇ ECHS ਦੇ ਪੇਸ਼ੈਂਟ ਦਾ ਮਾੜਾ ਗੋਡਾ ਪਾਤਾ ਜਾਂ ਮਾੜੀ ਕੁਆਲਿਟੀ ਦਾ ਪਾਤਾ। ਅਸੀਂ ਜਿੰਨੇ ਵੀ ECHS ਦੇ ਪੇਸ਼ੈਂਟ ਆ ਰਹੇ ਹਾਂ, ਅਸੀਂ ਇਹਨਾਂ 'ਚ ਗੋਲਡ ਨਹੀਂ ਪਾ ਰਹੇ ਹਾਂ। ਗੋਲਡੀਅਨ ਜਿਹੜਾ ਹੈਗਾ ਇਹ ਸਭ ਤੋਂ ਉਤਲਾ ਗੋਡਾ ਹੈਗਾ, ਇਹ ਤੋਂ ਉੱਚਾ ਕੁਛ ਨਹੀਂ ਹੈ, ਇਹ ਸਭ ਤੋਂ ਮਹਿੰਗਾ ਗੋਡਾ, ਅਤੇ ਅਸੀਂ ਇਹਨਾਂ ਤੋਂ ਕੁਛ ਐਕਸਟਰਾ ਵੀ ਚਾਰਜ ਨਹੀਂ ਕਰ ਰਹੇ। ਸੋ ਜੋ ਗੋਲਡ ਨਹੀਂ ਹੈ ਆਰਮੀ ਦਾ, ਭਾਵੇਂ ਜਵਾਨ ਆਏ ਜਾਂ ਸੂਬੇਦਾਰ ਮੇਜਰ ਹੋਏ ਜਾਂ ਕਰਨਲ ਹੋਏ ਜਾਂ ਜਰਨੈਲ ਹੋਏ, ਇਹਨਾਂ ਸਾਰਿਆਂ ਦੇ ਅਸੀਂ ਗੋਲਡ ਨਹੀਂ ਪਾ ਰਹੇ ਹੁਣ। ਦੱਸੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਵੀ ਕੋਈ ਸਕੀਮ ਵਾਲਾ ਬੰਦਾ ਆਉਂਦਾ ਤਾਂ ਤੁਹਾਡੀ ਜਿਹੜੀ ਟੀਮ ਹੈਗੀ ਆ ਉਹਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰਦੀ ਆ, ਉਹਨੂੰ ਇਹ ਨਹੀਂ ਵੀ ਹੁਣ ਇਹ ਸਕੀਮਾਂ ਵਾਲੇ ਗੌਰਮੈਂਟ ਵਾਲੇ ਆ ਗਏ ਔਰ ਉਹਦੇ ਵਾਲਾ ਜਿਹੜਾ ਹੈਗਾ ਸਟਾਈਲ ਜਿਹੜਾ ਬਦਲ ਜਾਵੇ, ਬਲਕਿ ਤੁਸੀਂ ਖੁਦ ਜਿਹੜੇ ਹੈਗੇ ਉਸ ਚੀਜ਼ ਦੇ ਉੱਪਰ ਬੜਾ ਐਕਸਰਸਾਈਜ਼ ਕਰਦੇ ਹੋ ਔਰ ਇਹਨਾਂ ਨੂੰ ਕਾਉਂਸਲਿੰਗ ਕਰਦੇ? ਉਹਨਾਂ ਦਾ ਅਸੀਂ ਜ਼ਿਆਦਾ ਖਿਆਲ ਰੱਖਦੇ ਹਾਂ, ਜਿਹੜੇ ਐਫ ਦੇ ਪੇਸ਼ੈਂਟ ਆਉਂਦੇ ਨੇ, ਜਿਹੜੇ ECHS ਵਾਲੇ, ਇਹਨਾਂ ਦਾ ਅਸੀਂ ਖਾਸ ਖਿਆਲ ਰੱਖੀਦਾ। ਡਾਕਟਰ ਸਾਹਿਬ ਕੀ ਨਹੀਂ ਜਿਹੜੀ ਹੈਗੀ ਆ, ਕਿਉਂਕਿ ਤੁਸੀਂ ਹਮੇਸ਼ਾ ਵਰਲਡ ਲੈਵਲ ਦੇ ਉੱਪਰ ਆਪਣੇ ਆਪ ਨੂੰ ਕਦੇ ਇਹ ਨਹੀਂ ਸਮਝਦੇ ਕਿ ਹਰਪ੍ਰੀਤ ਪੂਰਾ ਮੈਚੋਰ ਹੋ ਗਿਆ ਇਹਨਾਂ ਚੀਜ਼ਾਂ ਦੇ ਵਿੱਚ, ਹਮੇਸ਼ਾ ਕਿਤੇ ਨਾ ਕਿਤੇ ਜਿਹੜੀ ਹੈਗੀਆਂ ਨਵੀਆਂ ਚੀਜ਼ਾਂ ਜਿਹੜੀਆਂ ਨਵੀਆਂ, ਚਾਹੇ ਫੋਰਨ ਦਾ ਕੋਈ ਵੀ ਦੇਖ ਹੋਵੇ, ਕੀ ਹੁਣ ਤੁਸੀਂ ਨਵਾਂ ਲੈ ਕੇ ਆਏ? ਦੇਖੋ, ਨਵਾਂ ਤਾਂ ਹੁਣ ਜਿਹੜਾ ਅੱਜ ਕੱਲ੍ਹ ਚੱਲਦਾ ਪਿਆ ਨੈਵੀਗੇਸ਼ਨ ਸਰਜਰੀ ਹੈ, ਅਤੇ ਰੋਬੋਟਿਕ ਤਾਂ ਅਸੀਂ ਬਹੁਤ ਪਹਿਲਾਂ ਸਟਾਰਟ ਕੀਤੀ ਹੋਈ ਸੀਗੀ, ਅਤੇ ਮੇਨ ਨੈਵੀਗੇਸ਼ਨ ਹੈ, ਦੂਰਬੀਨ ਦੇ ਓਪਰੇਸ਼ਨ ਨੇ, ਅਤੇ ਇਹ ਪ੍ਰਸਾਈਜ਼ ਜਿਹੜਾ ਕੰਮ ਹੈ। ਹੁਣ ਅਸੀਂ ਇੱਕ ਨਵਾਂ ਲੈ ਕੇ ਆਏ ਹਾਂ ਆਈ ਨੀ ਓਪਰੇਸ਼ਨ, ਇਹ ਆਈ ਨੀ ਓਪਰੇਸ਼ਨ ਹੈ, ਜਿਹੜਾ ਆਈ ਪੈਡ ਰੱਖ ਕੇ ਅਸੀਂ ਗੋਡੇ ਦਾ ਓਪਰੇਸ਼ਨ ਉਹ ਤੋਂ ਮੋਨੀਟਰ ਕਰ ਸਕਦੇ ਹਾਂ। ਸੋ ਇਹ ਬੜਾ ਇੱਕ ਖਾਸ ਸਾਹਿਬ, ਸਾਡੇ ਚੈਨਲ ਦੇ ਮਾਧਿਅਮ 'ਤੇ ਜਿਹੜੇ ਵੀ ਆਸ ਪਾਸ ਔਰ ਬਹੁਤ ਲੰਬੀ ਦੂਰ ਤੱਕ ਜਿਹੜੇ ਦਰਸ਼ਕ ਇਹਦੇ ਮਾਧਿਅਮ 'ਤੇ ਦੇਖ ਰਹੇ ਹੋਣਗੇ, ਕਿ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਕਈ ਵਾਰ ਦਿੱਲੀ ਹੁਣ ਦਿੱਲੀ ਵਾਲੇ ਏਰੀਏ ਚੱਲ ਰਿਹਾ ਹੈਗਾ, ਹੋਰ ਜਗ੍ਹਾ 'ਤੇ ਚੱਲ ਰਿਹਾ ਹੈਗਾ, ਉਹਨਾਂ ਨੂੰ ਕੀ ਧਿਆਨ 'ਚ ਰੱਖਣਾ ਚਾਹੀਦਾ ਜਦੋਂ ਵੀ ਕੋਈ ਗੋਡੇ ਚੁੱਲ੍ਹੇ ਬਦਲਾਉਣ ਵਾਲੇ ਡਾਕਟਰ ਕੋਲ ਜਾਣ? ਦੇਖੋ, ਪਹਿਲਾਂ ਜਦੋਂ ਵੀ ਤੁਸੀਂ ਜਾਣਾ ਹੈ ਕਿਤੋਂ ਗੋਡੇ ਚੇਂਜ ਕਰਨ ਵਾਸਤੇ, ਚੁੱਲ੍ਹਾ ਚੇਂਜ ਕਰਨ ਵਾਸਤੇ, ਪਹਿਲਾਂ ਤਾਂ ਹੋਸਪਿਟਲ ਦੇਖਣਾ ਹੈ ਕਿ ਉਹ ਸਾਫ਼ ਸੁਥਰਾ ਹੈ, ਉਹ 'ਚ ਕਿੰਨੇ ਓਪਰੇਸ਼ਨ ਡੇਲੀ ਹੁੰਦੇ ਨੇ। ਮਤਲਬ ਤੁਸੀਂ ਆਪਣਾ ਜੇ ਗੋਡਾ ਚੇਂਜ ਕਰਨਾ, ਤੁਸੀਂ ਇਹੋ ਜਿਹੇ ਹੋਸਪਿਟਲ ਤੋਂ ਚੇਂਜ ਕਰਨਾ ਹੈ ਜਿੱਥੇ ਓਪਰੇਸ਼ਨ ਡੇਲੀ ਹੁੰਦੇ ਹੋਣ। ਇਹ ਨਾ ਹੋਏ ਕਿ ਮਹੀਨੇ 'ਚ ਇੱਕ ਓਪਰੇਸ਼ਨ ਹੁੰਦਾ ਜਾਂ ਮਹੀਨੇ 'ਚ ਦੋ ਓਪਰੇਸ਼ਨ ਹੁੰਦੇ ਹੋਣ, ਠੀਕ ਹੈ। ਫਿਰ ਤੁਸੀਂ ਸਰਜਨ ਦਾ ਦੇਖਣਾ ਕਿ ਉਹਦੀ ਟ੍ਰੇਨਿੰਗ ਕਿੱਥੋਂ ਹੈ, ਉਹਨੇ ਕਿੰਨੇ ਓਪਰੇਸ਼ਨ ਕੀਤੇ ਹੋਏ ਨੇ, ਉਹਦਾ ਸਕਸੈਸ ਰੇਟ ਅਤੇ ਉਹਦਾ ਫੇਲਿਅਰ ਰੇਟ ਕਿੰਨਾ ਹੈ, ਠੀਕ ਹੈ। ਅਤੇ ਫਿਰ ਜਾ ਕੇ ਤੁਸੀਂ ਡਿਸਾਈਡ ਕਰਨਾ ਹੈ ਕਿ ਵੀ ਤੁਸੀਂ ਕਿੱਥੋਂ ਕਰਾਉਣਾ ਓਪਰੇਸ਼ਨ। ਤੁਹਾਡਾ ਸਾਹਿਬ ਜਿੱਦਾਂ ਮਾਡਰਨ ਯੰਗ ਬਲੱਡਡ ਜਿਹੜੇ ਹੈਗੇ ਅੱਜ ਦੀ ਪੀੜ੍ਹੀ ਜਿਹੜੀ ਹੈਗੀ ਆ ਮੋਬਾਈਲਾਂ ਦੇ ਉੱਪਰ ਹੀ ਹੋ ਗਈ ਆ ਔਰ ਜੰਕ ਫੂਡਸ ਔਰ ਸਾਰਾ ਦਿਨ ਇਨਡੋਰ ਹੈ, ਉਹਦੇ ਬਾਰੇ ਕੀ ਕਹਿੰਦੇ? ਮੈਂ ਇਹੀ ਦੱਸਣਾ ਚਾਹੁੰਦਾ ਆਪਣੇ ਵੀਰਾਂ ਨੂੰ, ਜਿਹੜੇ ਛੋਟੇ ਆਪਣੇ ਬੱਚਿਆਂ ਨੂੰ, ਕਿ ਐਕਸਰਸਾਈਜ਼ ਬਹੁਤ ਮੇਨ ਰੋਲ ਪਲੇ ਕਰਦੀ ਹੈ ਲਾਈਫ 'ਚ। ਤੁਹਾਨੂੰ ਭੱਜਣਾ ਚਾਹੀਦਾ, ਜਿਮ ਜਾਣਾ ਚਾਹੀਦਾ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਫਾਸਟ ਫੂਡ, ਜੰਕ ਫੂਡ, ਇਹ ਬਿਲਕੁਲ ਵੇਸਟ ਹੈ, ਇਹ ਲਾਈਫ ਨੂੰ ਖਰਾਬ ਕਰਦੇ ਨੇ। ਤੁਸੀਂ ਆਪਣੀ ਹੈਲਦੀ ਲਾਈਫ ਰੱਖੋ, ਦੁੱਧ ਜ਼ਰੂਰ ਪੀਓ, ਬੈਲੈਂਸ ਡਾਇਟ ਅਤੇ ਬੈਲੈਂਸਡ ਐਕਸਰਸਾਈਜ਼, ਇਹ ਬਹੁਤ ਜ਼ਰੂਰੀ ਹੈ। ਦੱਸੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਥੈਂਕ ਯੂ ਅੱਗੇ ਵੀ ਅਸੀਂ ਤੁਹਾਡੀਆਂ ਸੇਵਾਵਾਂ ਇਸ ਚੈਨਲ 'ਤੇ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮਾਤਾ, ਤੁਸੀਂ ਕਾਹਦਾ ਆਪਰੇਸ਼ਨ ਕਰਾਇਆ? ਅਸੀਂ ਗੋਡਿਆਂ ਦਾ ਕਰਾਇਆ ਜੀ ਬੇਟਾ। ਅਤੇ ਕਿਵੇਂ ਤੁਹਾਨੂੰ ਲੱਗ ਰਿਹਾ ਹੁਣ ਗੋਡਿਆਂ ਦਾ ਆਪਰੇਸ਼ਨ ਕਰਾ ਕੇ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਥੋੜ੍ਹਾ ਠੀਕ ਲੱਗ ਰਿਹਾ ਪਹਿਲਾਂ ਨਾਲ। ਔਰ ਇੱਥੋਂ ਦੇ ਹੋਸਪਿਟਲ ਦੇ ਸਟਾਫ ਬਾਰੇ, ਹੋਸਪਿਟਲ ਬਾਰੇ ਕੀ ਕਹਿਣਾ ਚਾਹੋਗੇ? ਸਟਾਫ ਵੀ ਬਹੁਤ ਅੱਛਾ, ਹੋਸਪਿਟਲ ਵੀ ਬਹੁਤ ਅੱਛਾ। ਡਾਕਟਰ ਸਾਹਿਬ ਨੇ ਕਾਫੀ ਆਪਰੇਸ਼ਨ ਕੀਤੇ ਨੇ ਅਤੇ ਲੋਕਾਂ ਨੂੰ ਬਹੁਤ ਆਰਾਮ ਆਇਆ। ਜਿਵੇਂ ਬੁਢਾਪੇ ਦੀ ਤੁਹਾਡੀ ਉਮਰ ਸੀਗੀ ਅਤੇ ਤੁਹਾਨੂੰ ਲੱਗਦਾ ਸੀਗਾ ਵੀ ਪਤਾ ਨਹੀਂ ਮੈਂ ਬੁਢਾਪਾ ਹੀ ਰੁਲ ਜੂਗਾ ਜੇ ਮੈਂ ਆਪਰੇਸ਼ਨ ਕਰਾ ਲਿਆ, ਤਾਂ ਬੜੇ ਦੇਰ ਦੇ ਸੋਚੀ ਜਾਂਦੇ ਸੀ, ਪਰ ਹਸਪਤਾਲ 'ਚ ਆ ਕੇ ਤੁਹਾਡੀਆਂ ਇਹ ਸਾਰੇ ਜਿਹੜੇ ਵਹਿਮ ਖਤਮ ਹੋ ਗਏ? ਹਾਂਜੀ, ਸਾਰੇ ਵਹਿਮ ਖਤਮ ਹੋ ਗਏ ਨੇ, ਹੋਸਪਿਟਲ ਚੰਗਾ ਮਿਲਿਆ।
ਅਤੇ ਡਾਕਟਰ ਸਾਹਿਬ ਖੁਦ ਜਿਹੜੇ ਹੈਗੇ ਆ ਉਹ ਆਪ ਓਪਰੇਸ਼ਨ ਕਰਦੇ ਨੇ, ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਵੀ ਹੈ। ਡਾਕਟਰ ਹਰਪ੍ਰੀਤ ਸਾਹਿਬ ਕਰਦੇ ਨੇ ਓਪਰੇਸ਼ਨ ਆਪ। ਕੀ ਤੁਹਾਡਾ ਮੈਸੇਜ ਰਹੂਗਾ ਹੁਣ ਜਿਹੜੀਆਂ ਬੁੜੀਆਂ ਵਿਚਾਰੀਆਂ ਘੜੀਸ ਘੜੀਸ ਤੁਰੀ ਜਾਂਦੀਆਂ ਔਰ ਉਹਨਾਂ ਨੂੰ ਜਦੋਂ ਪਾਣੀ ਵੀ ਮੰਗਣਾ ਉਹ ਵੀ ਪਰੇਸ਼ਾਨੀ ਆਉਂਦੀ ਆ, ਵੀ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਓਪਰੇਸ਼ਨ ਕਰਾਉਣ ਅਤੇ ਸਹੀ ਹੋ ਕੇ ਘਰ ਜਾਣ? ਹਾਂਜੀ, ਉਹਨਾਂ ਨੂੰ ਵੀ ਦਿਆਂਗੇ ਅਸੀਂ ਸਹਲਾ, ਉਹ ਵੀ ਇੱਥੇ ਆ ਕੇ ਅਤੇ ਓਪਰੇਸ਼ਨ ਕਰਾਉਣ ਤਾਂ ਕਿ ਉਹ ਵੀ ਚੱਲਣ ਵਿੱਚ ਕਾਮਯਾਬ ਹੋ ਜਾਣ। ਵੀਰ ਜੀ, ਕਿਹੜੀ ਸਕੀਮ ਦੇ ਅੰਡਰ ਤੁਸੀਂ ਇੱਥੇ ਆਏ ਸੀਗੇ ਅਤੇ ਕੀ ਕਹਿਣਾ ਚਾਹੋਗੇ? ਅਸੀਂ MH ਦੇ ਥਰੂ ਆਏ ਸੀ ਅਤੇ ਅਸੀਂ ਇਹੋ ਹੀ ਸਾਰਿਆਂ ਨੂੰ ਸੁਨੇਹਾ ਦੇਵਾਂਗੇ ਔਰ ਤੁਹਾਨੂੰ ਵਾਈਜ਼ ਦਾ ਬੈਸਟ। ਔਰ ਜਿੱਦਾਂ MH ਦੇ ਥਰੂ ਤੁਸੀਂ ਆਏ ਸੀਗੇ, ਕੋਈ ਤੁਹਾਨੂੰ ਆਉਂਦਾ ਨਹੀਂ ਲੱਗਿਆ ਵੀ MH ਦੇ ਥਰੂ ਤੁਸੀਂ ਆਏ ਆ ਅਤੇ ਇੱਥੇ ਤੁਹਾਡੇ 'ਚ ਵਿਹਾਰ ਦੇ ਵਿੱਚ, ਸਟਾਫ ਦੇ ਵਿੱਚ, ਡਾਕਟਰ ਸਾਹਿਬ ਦੇ ਬਿਹੇਵੀਅਰ ਦੇ ਵਿੱਚ ਕੋਈ ਪਰੇਸ਼ਾਨੀ ਹੋਈ ਹੋਵੇ ਜਾਂ ਕਾਗਜ਼ ਪੱਤਰ ਤੁਹਾਡੇ ਅਟੈਚ ਕਰਨ ਦੇ 'ਚ ਕੋਈ ਪਰੇਸ਼ਾਨੀ ਹੋਵੇ? ਨਹੀਂ ਸਰ ਜੀ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਇਹਨਾਂ ਨੇ ਬਹੁਤ ਹੱਸ ਕੇ ਸਾਨੂੰ ਟ੍ਰੀਟਮੈਂਟ ਕੀਤਾ, ਪੂਰਾ ਵਧੀਆ ਵਧੀਆ ਕੀਤਾ ਸਾਨੂੰ, ਪੂਰਾ ਤੁਹਾਡਾ ਮਨ ਖੁਸ਼ ਆਖਾਂ। ਜਦੋਂ ਹੁਣ ਬੇਬੇ ਅਟੈਕ 'ਚ ਆਜੂਗੀ ਪੂਰੀ ਤਾਂ ਲੱਗਦਾ ਵੀ ਘਰ ਜਾ ਕੇ ਜ਼ਿਆਦਾ ਸਾਰੀਆਂ ਖੁਸ਼ੀਆਂ ਵੱਧ ਜਾਣਗੀਆਂ। ਹਾਂਜੀ ਹਾਂਜੀ, ਬੇਬੇ ਤੁਰਦੀ ਹੈ ਹੁਣ, ਥੋੜ੍ਹਾ ਥੋੜ੍ਹਾ ਤੁਰਨ ਲੱਗ ਪਈ ਹੈ, ਸਾਨੂੰ ਇਹ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ। ਸਾਡੀ ਮਾਂ ਖੁਸ਼ ਤੁਰਨ ਲੱਗ ਪਈ ਹੈ। ਅਤੇ ਪਹਿਲਾਂ ਤੁਹਾਨੂੰ ਲੱਗਦਾ ਸੀਗਾ ਵੀ ਬੁੜੀ ਤਾਂ ਬਸ ਖਿੱਚੇ ਹੈਗਾ ਕੰਮ, ਹੁਣ ਤਾਂ ਮਤਲਬ ਵੀ ਐਵੇਂ ਉਹ ਮੰਜੇ ਜਿਹੇ 'ਤੇ ਪੈ ਕੇ ਸਵਾਦ ਜਿਹਾ ਖਤਮ ਹੋਇਆ ਪਿਆ ਸੀ? ਹਾਂਜੀ ਹਾਂਜੀ, ਇਹ ਗੱਲ ਤਾਂ ਹੈ ਜੀ, ਪੱਕੀ ਗੱਲ ਹੈ। ਆਸਤਾ ਆਸਤਾ ਅਸੀਂ ਇੱਥੇ ਆਏ, ਸਾਨੂੰ ਪਤਾ ਲੱਗਾ ਹਰਪ੍ਰੀਤ ਡਾਕਟਰ ਸਾਹਿਬ ਜੀ ਦਾ, ਉਸ ਕਰਕੇ ਫਿਰ ਅਸੀਂ MH ਦੇ ਥਰੂ ਅੰਨਾ ਨੂੰ ਇੱਥੇ ਹੀ ਲੈ ਕੇ ਆਏ। ਕਿੰਨੀ ਉਮਰ ਆ ਮਾਤਾ ਜੀ ਦੀ? 72 72 ਦੇ ਪੂਰੇ ਵਧੀਆ ਗੋਡੇ ਬਦਲੇ ਗਏ? ਹਾਂਜੀ ਹਾਂਜੀ, ਗੋਡਾ ਬਹੁਤ ਵਧੀਆ ਹੋ ਗਿਆ ਜੀ। ਥੈਂਕ ਯੂ ਜੀ। ਵੀਰ ਜੀ, ਮਾਤਾ ਜੀ ਦੇ ਕਿਹੜੇ ਕਿੰਨੇ ਗੋਡੇ ਤੁਸੀਂ ਬਦਲਾਉਣ ਆਏ ਹੋ? ਦੋਨੋਂ ਗੋਡੇ ਬਦਲਾਉਣੇ ਆ, ਜਿਹਨਾਂ ਦੇ ਬਹੁਤ ਦਰਦ ਹੁੰਦਾ ਜੀ ਪਿਛਲੇ 12-13 ਸਾਲ ਤੋਂ ਹੀ ਤਕਰੀਬਨ। ਅਤੇ ਕਿਹੜੀ ਸਕੀਮ ਦੇ ਤਹਿਤ ਤੁਸੀਂ ਇੱਥੇ ਪਹੁੰਚੇ? ECHS ਰਾਹੀਂ ਆਏ ਹਾਂ ਜੀ ਅਸੀਂ, ਫੌਜੀਆਂ ਦੀ ਸਕੀਮ ਰਾਹੀਂ। ਅਤੇ ਫੌਜੀਆਂ ਵਾਲੀ ਸਕੀਮ ਰਾਹੀਂ ਤੁਹਾਨੂੰ ਹੋਸਪਿਟਲ 'ਚ ਆ ਕੇ ਕੋਈ ਖੱਜਲ ਖੁਆਰੀ ਤਾਂ ਨਹੀਂ ਸਾਹਮਣਾ ਕਰਨਾ ਪਿਆ ਜਾਂ ਕੋਈ ਕਾਗਜ਼ ਪੱਤਰ ਜਿਵੇਂ ਲੋਕ ਕਮਲਾ ਜਿਹਾ ਕਰ ਲੈਂਦੇ ਹੁੰਦੇ, ਕਿਉਂਕਿ ਜਿਹੜੇ ਸਰਕਾਰੀ ਸਕੀਮਾਂ ਵਾਲੇ ਬੰਦੇ ਹੁੰਦੇ ਆ ਉਹਨਾਂ ਦਾ ਦਿਮਾਗ ਜਿਹਾ ਪਜਲ ਕਰਨ ਲੱਗ ਜਾਂਦੇ ਹਸਪਤਾਲਾਂ ਦੇ, ਕੋਈ ਉਹ ਜਿਹੀ ਗੱਲ ਤਾਂ ਨਹੀਂ ਹੋਈ ਤੁਹਾਨੂੰ? ਨਾ ਜੀ ਨਾ, ਇਹੋ ਜਿਹੀ ਕੋਈ ਗੱਲ ਨਹੀਂ ਗੀ, ਬਹੁਤ ਵਧੀਆ ਸਟਾਫ ਲੱਗਾ ਜੀ ਸਾਨੂੰ, ਕਮਰਾ ਵੀ ਬਹੁਤ ਵਧੀਆ ਮਿਲਿਆ ਵਾ ਅਤੇ ਵਧੀਆ ਲੱਗਾ ਜੀ ਸਾਨੂੰ ਇੱਥੇ। ਅਤੇ ਤੁਸੀਂ ਸੋਚਦੇ ਹੋ ਕਿ ਜਿਹੜੇ ਵੀ ਇਸ ਇੰਪੈਨਲਮੈਂਟ ਦੇ ਲੋਕ ਨੇ ਉਹ ਇੱਥੇ ਆਉਣ ਅਤੇ ਜਿਸ ਤਰੀਕੇ ਨਾਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਗਿਆ, ਕਾਗਜ਼ ਪੱਤਰ ਤੁਹਾਨੂੰ ਦੱਸੇ ਗਏ ਵੀ ਕਿਵੇਂ ਕਾਗਜ਼ ਪੱਤਰ ਕਿਹੜੇ ਕਿਹੜੇ ਤੁਸੀਂ ਪੂਰੇ ਕਰਨੇ ਆ, ਅਤੇ ਬਹੁਤ ਵਧੀਆ ਹੋਸਪਿਟਲ ਸਟਾਫ ਨੇ ਜਿਹੜਾ ਹੈਗਾ ਤੁਹਾਡੇ ਨਾਲ ਬਿਹੇਵ ਕੀਤਾ ਔਰ ਆਮ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਜਿੰਨਾ ਹੀ ਤੁਹਾਨੂੰ ਇੱਥੇ ਆਨੰਦ ਦੇ ਰਹੇ ਨੇ? ਹਾਂਜੀ, ਆਮ ਪੇਸ਼ੈਂਟ ਜਿੰਨਾ ਹੀ ਆਨੰਦ ਹੋ ਰਿਹਾ ਜੀ ਅਤੇ ਸਾਨੂੰ ਬਹੁਤ ਵਧੀਆ ਲੱਗਾ, ਜਾਣੀ ਕਿ ਇੱਥੇ ਆਣ ਕੇ ਸਟਾਫ ਵੀ ਬਹੁਤ ਵਧੀਆ ਇਹ ਅਤੇ ਇਹਨਾਂ ਦਾ ਬਿਹੇਵ ਵੀ ਬਹੁਤ ਚੰਗਾ ਜੀ।